ਕੀਤਾ ਜੀ, ਬੜੇ ਗੁਰੂ ਦੀ ਬਖਸ਼ਿਸ਼ ਸੀ। ਉਹ ਕਹਿੰਦੇ ਭਾਈ ਤੀਜੀ ਸ਼ਾਦੀ ਤੂੰ ਆਪਦੀ ਕਰਾ ਲਾ, ਸਾਨੂੰ ਜ਼ਮੀਨ ਦੀ ਲੋੜ ਨਹੀਂ, ਇਹ ਸਾਡਾ ਲੜਕਾ ਕਿਹੜਾ ਬੜਾ ਕਾਬਿਲ ਹੈ, ਤੂੰ ਇਹਨੂੰ ਸਕੂਲ 'ਚ ਪੰਨ ਲਾ ਦੇ, ਤੇਰੇ ਇੱਥੇ ਸਕੂਲ ਹੈਗਾ, ਸਾਡੇ ਸਕੂਲ ਨਹੀਂ ਸੀ। ਚਲੋ ਗੁਰੂ ਦੀ ਕਿਰਪਾ ਨਾਲ ਫਿਰ ਪ੍ਰਾਇਮਰੀ ਮੈਂ ਭਾਈ ਲੱਡਾ ਕੋਠੀ, ਭੁਪਿੰਦਰ ਸਿੰਘ ਰਾਜੇ ਦੀ ਕੋਠੀ ਸੀ ਉੱਥੇ, ਉਹ ਪ੍ਰਾਇਮਰੀ ਉੱਥੇ ਕਰੀ। ਉਦੋਂ ਬਾਅਦ ਆ ਗਿਆ ਫਿਰ ਮੈਂ, ਅਤੇ ਫਿਰ ਭਾਈ ਅੰਮ੍ਰਿਤ ਦੀ ਦਾਤ ਮਿਲ ਗਈ ਵੀ ਬਚਪਨ 'ਚ। ਉਹ ਬਚਪਨ ਜਦੋਂ ਅੰਮ੍ਰਿਤ ਦਾਤ ਮਿਲੀ, ਉਦੋਂ ਬਾਅਦ ਫਿਰ ਉਹਦੇ 'ਤੇ ਪਹਿਰਾ ਨਹੀਂ ਦਿੱਤਾ ਗਿਆ, ਅਤੇ ਖੇਡ ਇਹ ਵਰਤੀ ਵੀ ਸਮਝ ਲਓ ਤੁਸੀਂ ਕੁਛ ਸੰਗਤ ਵਿੱਚ ਸਕੂਲਾਂ ਵਿੱਚ ਜਿਵੇਂ ਹੁੰਦਾ ਗੁਰੂ ਦੀ ਬਖਸ਼ਿਸ਼ ਨਾਲ। ਫਿਰ ਨੌਵੀਂ 'ਚ ਮੈਂ ਪੜ੍ਹਦਾ ਸੀ ਲੋਕਟ ਵਿੱਦਿਆ, ਅਤੇ ਚੌਥੀ 'ਚ ਮੈਂ ਸਾਰੇ ਜ਼ਿਲ੍ਹਾ ਸਕੂਲ ਵਿੱਚੋਂ ਪਹਿਲੇ ਨੰਬਰ 'ਤੇ ਆ ਗਿਆ, ਅਤੇ ਉਹਦੇ ਵਿੱਚ ਗੁਰੂ ਦੀ ਬਖਸ਼ਿਸ਼ ਨਾਲ 4 ਰੁਪਈਏ ਉਦੋਂ ਵਜੀਫਾ ਲੱਗਿਆ। 2 ਸਾਲਾਂ 'ਚ ਪੰਜਵੀਂ ਅਤੇ ਛੇਵੀਂ 'ਚ ਮੈਨੂੰ 96 ਰੁਪਈਏ ਮਿਲੇ, ਅਤੇ ਉਹਨਾਂ ਸਮਿਆਂ 'ਚ ਜਿਹੜਾ ਹੈਡਮਾਸਟਰ ਸੀ ਮਿਡਲ ਸਕੂਲ ਦਾ, ਉਹਦੀ ਤਨਖਾਹ 30 ਰੁਪਈਏ ਸੀ, ਦੂਜਿਆਂ ਦੀ 20 ਹੁੰਦੀ ਰੁਪਈਏ ਦੀ, ਉਦੋਂ ਇੰਨੀ ਕੀਮਤ ਸੀ। ਚਲੋ ਗੁਰੂ ਦੀ ਬਖਸ਼ਿਸ਼ ਦੇ ਨਾਲ ਉਦੋਂ ਬਾਅਦ ਪਹਿਲਾਂ ਕੁਛ ਸੰਗਤ ਹੋਈ, ਕੁਛ ਸੰਗਤ ਵਿੱਚ ਫਿਰ ਮੇਰੇ ਮਾਸੀ ਜੀ ਬੜੂੰਦੀ, ਜਿਹੜੇ ਮਾਸਟਰ ਜੋਗਿੰਦਰ ਸਿੰਘ ਬੜੂੰਦੀ, ਭਾਈ ਸਾਹਿਬ ਭਾਈ ਰਣਧੀਰ ਸਿੰਘ, ਉਹਨਾਂ ਦੇ ਬਹੁਤ ਨਿਕਟਵਰਤੀ ਸੱਜਣ ਹੋਏ ਨੇ। ਉਹਨਾਂ ਨੇ ਜਦੋਂ ਬੀਬੀ ਦਲੇਰ ਕੌਰ 'ਤੇ ਉਹਦਾ ਆਨੰਦ ਕਾਰਜ ਹੋਣਾ ਸੀ, ਤੁਸੀਂ ਪੜ੍ਹਿਆ ਹੋਊ ਉਹਨਾਂ ਦੀ ਲੇਖਣੀਆਂ ਵਿੱਚ ਭਾਈ ਸੋਹਣੀਆਂ ਦੇ, ਅਤੇ ਬਾਕੀ ਇਸ ਆਧਾਰ ਤੋਂ ਟੀਚਰ ਲੱਗੇ ਸੀ ਮਾਸਟਰ ਜੋਗਿੰਦਰ ਸਿੰਘ, ਉਹ ਗਏ ਉੱਥੇ। ਜਦੋਂ ਉੱਥੇ ਗਏ ਅਖੰਡ ਪਾਠ ਦੀ ਰੌਲ ਆਉਂਦੇ ਸੀ, ਅਤੇ ਉਹਦੇ ਵਿੱਚ ਸਤਿਕਾਰਯੋਗ ਸੱਚਖੰਡ ਵਾਸੀ ਭਾਈ ਸਾਹਿਬ ਰਣਧੀਰ ਸਿੰਘ ਅਤੇ ਉਹਨਾਂ ਦੇ ਗਹਿਰੇ ਮਿੱਤਰ ਜੋਗਿੰਦਰ ਸਿੰਘ, ਉਹ ਭਾਈ ਸਿੰਘ ਦੇ ਕੰਨ ਵਿੱਚ ਹੌਲੀ ਦੇ ਕੇ ਕਹਿਣ ਲੱਗੇ, ਕਹਿੰਦੇ ਬੀਬੀ ਸ਼ਰਨ ਕੌਰ ਨੂੰ ਤਾਂ ਇਹੋ ਜਿਹਾ ਲੜਕਾ ਚਾਹੀਦਾ। ਅਤੇ ਭਾਈ ਸਾਹਿਬ ਨੇ ਉੱਤਰ ਦਿੱਤਾ, ਕਹਿੰਦੇ ਇਹੋ ਜਿਹਾ ਤਾਂ ਇਹੀ ਹੈ। ਅਤੇ ਮਾਸਟਰ ਜੀ ਦੇ ਭਾਈ ਕੁਦਰਤੀ ਬਚਪਨ ਤੋਂ ਜਿਹੜੇ ਪੈਰ ਸੀ ਉਹ ਲੂੰਜੇ ਸਨ, ਅਤੇ ਫਿਰ ਕਿਹਾ ਵੀ ਇਸ ਤਰ੍ਹਾਂ ਕਰਕੇ ਵੀ ਇਹ ਤਾਂ ਕਿਹੜਾ ਹੈਗਾ, ਮਤਲਬ ਹੈ ਇਹੀ ਲੜਕਾ ਹੈ। ਜਦੋਂ ਇੰਨੀ ਗੱਲ ਕਹੀ, ਫਿਰ ਉਹਨਾਂ ਨੇ ਮਾਤਾ ਕਰਤਾਰ ਕੌਰ ਜਿਹੜੇ ਭਾਈ ਸੋਹਣੇ ਦੇ ਸਤਿਕਾਰ ਉਹ ਸੁਪਤਨੀ ਜੀ ਸੀ, ਉਹਨਾਂ ਦੀ ਡਿਊਟੀ ਲਾਤੀ ਵੀ ਇਹ ਜਿਹੜਾ ਲੜਕਾ ਹੁਣ ਉੱਪਰੋਂ ਪਾਠ ਦੀ ਰੌਲ ਲਾ ਕੇ ਆਊ, ਇਹਦੇ ਪੈਰ ਲੂੰਜੇ ਮੁੰਜਣੇ, ਤੇਰੇ ਤਾਇਆ ਜੀ ਅਤੇ ਤੇਰੇ ਪਿਤਾ ਜੀ ਨੇ ਵਿਚਾਰ ਕਰੀ ਆ ਵੀ ਤੇਰੇ ਆਨੰਦ ਕਾਰਜ ਇਹਦੇ ਨਾਲ ਕਰ ਦਈਏ। ਅਤੇ ਜਿਸ ਵੇਲੇ ਜਾ ਕੇ ਉਹ ਕਿਹਾ ਬੀਬੀ ਨੂੰ ਸ਼ਰਨ ਕੌਰ ਨੂੰ, ਅਤੇ ਉਹਨੇ ਉੱਤਰ ਐਸਾ ਦਿੱਤਾ, ਕਹਿੰਦੀ ਬੀਬੀ ਕਿਹੜੀ ਸੀ ਬੀਬੀ ਜਿਹੜੀ ਕਰਤਾਰ, ਬੀਬੀ ਨੂੰ ਕਿੰਨੇ ਭਾਗ ਲੱਗੇ ਹਰਿਮੰਦਰ ਸਾਹਿਬ, ਅਤੇ ਕਹਿੰਦੇ ਉਹਨਾਂ ਨੂੰ ਕਿੰਨੇ ਭਾਗ ਲੱਗੇ ਸੀ, ਮੈਂ ਨਹੀਂ ਦੇਖਣਾ ਬੀਬੀ ਰਜਨੀ, ਜੋ ਜੋ ਕੁਝ ਪਿਤਾ ਜੀ ਅਤੇ ਤਾਇਆ ਜੀ ਦੇ ਹਿਰਦੇ ਅੰਦਰ ਆ ਉਹ ਸਭ ਜਾਣੀ ਜਾਣੇ, ਮੈਨੂੰ ਦੇਖਣ ਦੀ ਲੋੜ ਨਹੀਂ ਹੈ, ਮੈਨੂੰ ਪ੍ਰਵਾਨ ਹੈ। ਜਦੋਂ ਇੰਨੀ ਗੱਲ ਕਹੀ, ਫਿਰ ਭਾਈ ਸਿੰਘ ਦੀ ਲੇਖਣੀ 'ਚ ਆਉਂਦਾ ਵੀ ਇਹੋ ਜਿਹੀ ਬੱਚੀ ਵੀ ਕੋਈ ਵਿਰਲੀ ਹੋਊ, ਅਤੇ ਬੀਬੀ ਆਨੰਦ ਦਲੇਰ ਕੌਰ ਦੇ ਆਨੰਦ ਕਾਰਜ ਸੇਵਲ ਵੀ ਉੱਥੇ ਹੀ, ਕਿਸੇ ਨੂੰ ਨਹੀਂ ਪੁੱਛਿਆ, ਗਏ ਉਹ ਹੈਗੇ ਸੀ ਉੱਥੇ ਹੀ ਮਾਸਟਰ ਜੋਗਿੰਦਰ ਸਿੰਘ ਦੇ ਆਨੰਦ ਕਾਰਜ ਕਰਕੇ ਗਏ। ਤਾਂ ਸੁਧਾਰ ਤੋਂ ਉਹ ਟੀਚਰਾਂ ਵਿੱਚ ਸਟਾਫ ਵਿੱਚ ਲਾਹਾ ਲੈਣ ਨਾ ਬਣੀ ਦਾ, ਅਤੇ ਉੱਥੇ ਉਹਨਾਂ ਦੇ ਆਨੰਦ ਕਾਰਜ ਹੋ ਗਏ। ਫਿਰ ਮੈਂ ਇਹ ਚੀਜ਼ ਤੁਹਾਨੂੰ ਤਾਂ ਦੱਸਣ ਲੱਗਿਆ, ਉਦੋਂ ਬਾਅਦ ਮੇਰੇ ਮਾਸਟਰ ਜੀ ਦੇ ਸਕੇ ਮਾਸਟਰ ਜੋਗਿੰਦਰ ਸੋਹਣੀ ਚਾਚਾ ਜੀ ਸੀ, ਇਹ ਸੁਧਾਰ ਸਕੂਲ 'ਚ ਪੜ੍ਹਾਉਂਦੇ ਸੀ, ਅਤੇ ਫਿਰ ਇਹ ਚੀਜ਼ ਹੋਈ। ਅਤੇ ਮੇਰੇ ਮਾਸਟਰ ਜੀ ਸਾਰਾ ਪਰਿਵਾਰ, ਮੈਂ ਤੁਹਾਨੂੰ ਦੱਸਦਾ ਜਦੋਂ ਗੁਰੂ ਨੇ ਕਲਾ ਵਰਤਾਉਣੀ ਹੁੰਦੀ ਹੈ, ਅਤੇ ਮੇਰੇ ਮਨ 'ਚ ਇਹ ਅਸੀਂ ਕਿਹਾ ਕਰੀਏ ਵੀ ਇਹਦਾ ਪੱਗਾਂ ਬੰਨੀਆਂ ਹੋਈਆਂ ਨੇ, ਇਹ ਹੈ ਵਾਹ ਹੈ ਟੀਕਾ ਟਿੱਪਣੀ ਜੀ ਇਸ ਤਰ੍ਹਾਂ ਦਾ, ਤਾਂ ਮੇਰੇ ਮਾਸਟਰ ਜੀ ਦਾ ਖੜਾ ਚੱਲਦਾ ਸੀ। ਮੈਂ ਤੁੰਗਾਹੜੀ ਤੋਂ, ਮੇਰੇ ਉੱਥੇ ਸਸੁਰਾਲ ਸਨ, ਉੱਥੋਂ ਮੈਂ ਜਦੋਂ ਬੜੂੰਦੀ ਨੂੰ ਗਿਆ ਮਾਸੀ ਜੀ ਨੂੰ ਮਿਲਣ, ਤਾਂ ਉਹਨਾਂ ਦਾ ਖੜਾ ਚੱਲਦਾ ਸੀ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਅੰਮ੍ਰਿਤ ਛਕਣਾ, ਸੱਚੇ ਪਾਤਸ਼ਾਹ ਨੇ ਕੋਈ ਖੇਡ ਵਰਤਾਤੀ, ਉਹਦੇ ਵਿੱਚ ਮਨ 'ਚ ਆਇਆ ਵੀ ਹੁਣ ਤਾਂ ਗੁਰੂ ਵਾਲਾ ਬਣ ਤੂੰ। ਅਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਸ ਵੇਲੇ ਇਹ ਚੀਜ਼ ਹੋਈ, ਮੈਂ ਬੁੱਕ ਸਭ ਅਵਗੁਣ ਕਿਹੜੀ ਦਾਸ ਨੇ ਲਿਖੀ ਆ ਉਹਦੇ ਵਿੱਚ ਵਰਣਨ ਕੀਤਾ ਹੈਗਾ। ਗੁਰੂ ਦੀ ਕਿਰਪਾ ਦੇ ਨਾਲ ਫਿਰ ਇਹ ਗੱਲ ਹੋਈ, ਉਹ ਮੇਰੇ ਕੋਲ, ਮੈਂ ਉਦੋਂ 9th 'ਚ ਪੜ੍ਹਦਾ ਸੀ ਭਾਈ ਲੋਹਟ ਬੱਦੀ, ਮੇਰੇ ਮਾਸੜੀ ਲੋਹਟ ਬੱਦੀ ਵੀ ਬੜੂੰਦੀ ਤੋਂ 3-4 ਮੀਲ ਹੀ ਹੈ, ਉੱਥੇ ਆ ਗਏ। ਇੱਕ ਲੜਕਾ ਮੈਨੂੰ ਕਹਿਣ ਲੱਗਿਆ, ਕਹਿੰਦਾ ਬਾਹਰ ਵੀ ਇੱਕ ਸਿੰਘ ਖੜ੍ਹਾ, ਉਹ ਕਹਿੰਦਾ ਕਿਹੜਾ ਲੜਕਾ ਫਰਵਾਹੀ ਤੋਂ ਪੜ੍ਹਦਾ 9th 'ਚ, ਉਹਨੂੰ ਮੈਂ ਮਿਲਣਾ। ਜਿਸ ਵੇਲੇ ਮੈਂ ਗਿਆ ਅਤੇ ਉਹਨਾਂ ਨੂੰ ਫਤਿਹ ਬੁਲਾਈ,
ਅਤੇ ਉਹਨਾਂ ਨੇ ਫਿਰ ਮੈਨੂੰ ਇੱਕੋ ਹੀ ਗੱਲ ਕਹੀ, ਕਹਿੰਦੇ ਭਾਈ ਤੂੰ ਕਹਿੰਦਾ ਸੀ ਅੰਮ੍ਰਿਤ ਛਕਣ ਨੂੰ, ਅਤੇ ਇੱਥੇ ਬਣਾਉਂਦੀ ਅੰਮ੍ਰਿਤ ਸੰਚਾਰ ਸਮਾਗਮ ਹੁੰਦਾ 1947 ਮਈ ਦੀ ਗੱਲ ਹੈ, ਪਾਕਿਸਤਾਨ ਦਾ ਅਗਸਤ 'ਚ ਬਣਿਆ, ਰੌਲਾ ਪਿਆ ਜਦੋਂ ਜਿਸ ਵੇਲੇ ਇਹ ਚੀਜ਼ ਹੋਈ ਉਹਨਾਂ ਨੇ ਇਹ ਗੱਲ ਕਹੀ ਵੀ ਇਸ ਤਰ੍ਹਾਂ ਦਾ। ਮੈਂ ਕਿਹਾ ਠੀਕ ਹੈ। ਉਹ ਕਹਿੰਦੇ ਭਾਈ ਤੈਨੂੰ ਸ਼੍ਰੀ ਸਾਹਿਬ ਗਾਤਰੇ ਵਾਲੀ ਪਾਉਣੀ ਪਊਗੀ ਉੱਚੇ। ਮੈਂ ਉਹਨਾਂ ਨੂੰ ਜਵਾਬ ਦੇ ਦਿੱਤਾ ਖੜ੍ਹੇ ਨੇ, ਮੈਂ ਕਿਹਾ ਅੱਗੇ ਛੋਟੇ ਹੁੰਦੇ ਨੇ ਅੰਮ੍ਰਿਤ ਛਕਿਆ ਸੀ, ਛੋਟੀ ਜਿਹੀ ਕਿਰਪਾਨ ਨਾਲ ਮੈਨੂੰ ਤਾਂ ਮੇਰੇ ਜਮਾਤੀ ਬਖੌਲ ਕਰਨਗੇ, ਮੈਂ ਨਹੀਂ ਛਕਣਾ। ਜਦੋਂ ਇੰਨੀ ਗੱਲ ਕਹੀ ਅਤੇ ਬਾਕੀ ਫਿਰ ਉਹਨਾਂ ਨੇ ਕਿਸੇ ਰੰਗ ਵਿੱਚ ਕਿਹੜੀ ਗੱਲ ਬੜੇ ਧਿਆਨ ਨਾਲ, ਕਹਿੰਦੇ ਭਾਈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਧੁਰ ਦਰਗਾਹ ਤੋਂ ਕਿਹੜੀ ਦਾਤ ਲੈ ਕੇ ਆਏ ਨੇ, ਨੌ ਪਾਤਸ਼ੀਆਂ ਤੱਕ ਚਰਨ ਪਾਹੁਲ ਉਹ ਚੱਲਦੀ ਰਹੀ ਹੈ। ਦਸ਼ਮੇਸ਼ ਪਿਤਾ ਜੀ ਨੇ ਸੱਚੇ ਪਾਤਸ਼ਾਹ ਉਹ ਫਿਰ ਇਹ ਬਣਾ ਦੀ ਖੇਡ ਬਈ ਹੁਣ ਉਹ ਕਿਹੜਾ ਅੰਮ੍ਰਿਤ ਛਕਾਉਂਦੇ ਹੈ ਅਤੇ ਬਾਕੀ ਉਹ ਤੈਨੂੰ ਉਹ ਦਾਤ ਕਿਹੜੀ ਧੁਰ ਦਰਗਾਹ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਲੈ ਕੇ ਆਏ ਨੇ, ਤੇਰਾ ਤਾਂ ਜੀ ਕਰੂ ਇੱਕ ਨਹੀਂ ਦੋ ਪਾਉਣ ਨੂੰ ਸ਼੍ਰੀ ਸਾਹਿਬ ਆ, ਉਹ ਦਾਤ ਪ੍ਰਾਪਤ ਹੋਊਗੀ। ਜਦੋਂ ਇੰਨੀ ਗੱਲ ਕਹੀ ਮੇਰੇ ਅੰਦਰ ਤਾਂ ਸਗੀ ਗੱਲ ਉਹ ਜਿਹੜੀ ਗੁਰੂ ਦੀ ਕਿਰਪਾ ਬਖਸ਼ ਜਦੋਂ ਹੋਣੀ ਹੁੰਦੀ ਹੈ, ਮੈਂ ਫਿਰ ਹਾਂ ਕਰ, ਕਹਿੰਦੇ ਨਾ ਪਾਈ ਉੱਪਰ ਦੀ ਅੰਦਰ ਦੀ ਪਾ ਲਈ ਤੂੰ। ਇਹ ਮੇਰੇ ਮਾਸਟਰ ਜੀ ਦੀ ਗੱਲ ਹੈ, ਉਹਨਾਂ ਦਾ ਪਵਿੱਤਰ ਨਾਂ ਹਰਭਜਨ ਸਿੰਘ ਸੀ, ਮਾਸਟਰ ਜੋਗਿੰਦਰ ਸਿੰਘ ਬਡੂੰਡੀ ਦੇ ਸਕੇ ਭਤੀਜੇ ਸੀ ਉਹ ਵੱਡੇ। ਜਿਸ ਵੇਲੇ ਇੰਨੀ ਗੱਲ ਹੋਈ ਹਾਂ ਹੋ ਗਈ, ਫਿਰ ਉਹਨਾਂ ਨੇ ਦੂਜੀ ਕੰਡੀਸ਼ਨ ਲਾਤੀ, ਉਹ ਕਹਿੰਦੇ ਤੈਨੂੰ ਇਕੱਲੇ ਨੂੰ ਨਹੀਂ ਛਕਾਉਣਾ, ਤੇਰੇ ਘਰੋਂ ਵੀ ਲੜਕੀ ਨੂੰ ਛਕਾਉਣਾ, ਕਿਉਂਕਿ ਉਦੋਂ ਉਹਨਾਂ ਸਮਿਆਂ ਵਿੱਚ ਭਾਈ ਦਾਦਾ ਦਾਦੀ ਮਾਂ ਬਾਪ ਆਨੰਦ ਕਾਰਜ ਕਰਦੇ ਸੀ, ਮੁਆਫ ਕਰਨਾ, ਮੈਂ ਤਾਂ ਤੀਜੀ ਜੀ ਪੜ੍ਹਦਾ ਸੀ, ਪੰਜਵੇਂ ਮੇਰੇ ਆਨੰਦ ਕਾਰਜ ਕਰਤੇ, ਅਤੇ ਫਿਰ ਉਦੋਂ ਬਾਅਦ ਮਕਲਾਵਾ ਵਗੈਰਾ 5-7 ਸਾਲ ਬਾਅਦ ਦਿੱਤਾ, ਜਿਸ ਤਰ੍ਹਾਂ ਇਹ ਹੁੰਦਾ। ਚਲੋ ਗੁਰੂ ਦੀ ਕਿਰਪਾ ਨਾਲ ਜਦੋਂ ਇੰਨੀ ਗੱਲ ਕਹੀ, ਮੈਂ ਨਾ ਜਾਣਾ ਉੱਥੇ ਨਾ ਕਹਿਣਾ, ਕਹਿੰਦੇ ਤੂੰ ਨਾ ਜਾਈ, ਤੇਰੀ ਮਾਸੀ ਜੀ ਚਲੀ ਜਾਓ। ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਫਿਰ ਮੇਰੇ ਅੰਦਰ ਕਿਹੜੀ ਉਹ ਗੱਲ, ਉਹਨਾਂ ਨੇ ਕਿਹਾ ਵੀ ਉਹ ਦਾਤ ਮਿਲੂ ਧੁਰ ਦਰਗਾਹ ਤੋਂ ਕਿਹੜੀ ਆਈ ਹੈ, ਸੱਚੇ ਪਾਤਸ਼ਾਹ ਬਖਸ਼ ਕਰੀ ਜਿਹਨੂੰ ਅੰਮ੍ਰਿਤ ਦਾਤ ਬਖਸ਼ਣ, ਅਤੇ ਬਾਕੀ ਉਹ ਤਾਂ ਫਿਰ ਉਹਦੇ ਹੀ ਬਣ ਜਾਂਦਾ। ਜਦੋਂ ਇੰਨੀ ਗੱਲ ਕਹੀ ਅਤੇ ਫਿਰ ਡੇਟ ਉਹਨਾਂ ਨੇ ਮੈਨੂੰ ਦੱਸਤੀ, ਮੈਂ ਫਿਰ ਭਾਈ ਬਣਾਉਂਦੀ ਉਸ ਦਿਨ ਨੂੰ ਤਿਆਰ ਹੋ ਕੇ ਚਲਿਆ ਗਿਆ। ਅਤੇ ਉਹ ਮੇਰੇ ਘਰੋਂ ਮੇਰੀ ਮਾਸੀ ਜੀ ਗਈ ਤੁੰਗਾ ਖੜੀ, ਇੱਕ ਅੱਧੇ ਮਿਲ ਦਾ ਹੀ ਫਰਕ ਆ, ਜਦੋਂ ਕਿਹਾ ਵੀ ਇਹ ਭਾਈ ਤੈਨੂੰ ਨਾਲੇ ਤਾਂ ਲਿਜਾਣਾ ਚਾਹੁੰਦੇ ਨੇ ਨਾਲੇ ਅੰਮ੍ਰਿਤ ਦੀ ਦਾਤ, ਉਹ ਕਹਿੰਦੀ ਹੋਰ ਕੀ ਚਾਹੀਦਾ। ਉਹ ਤਿਆਰ ਹੋ ਕੇ ਉਹ ਉਸ ਡੇਟ ਨੂੰ ਉਹ ਆ ਗਈ ਉੱਥੇ, ਉਹ ਆ ਗਈ ਫਿਰ ਉਹਨਾਂ ਦੇ ਨੱਕ ਕੰਨਾਂ ਵਿੱਚ ਜੋ ਕੁਝ ਸੀ ਸੁਗੀਆਂ ਸੁਗੀਆਂ ਉਹਨਾਂ ਸਮਿਆਂ ਵਿੱਚ ਸਭ ਕੁਝ ਲਹਾਤਾ, ਦਸਤਾਰ ਸਜਾਤੀ, ਗੁਰੂ ਦੀ ਐਸੀ ਬਖਸ਼ਿਸ਼ ਹੋਈ। ਫਿਰ ਸਾਰੀ ਜ਼ਿੰਦਗੀ ਉਹਨਾਂ ਨੂੰ ਹੁਣ 10 ਸਾਲ ਹੋ ਗਏ, ਸਾਰੀ ਜ਼ਿੰਦਗੀ ਕੇਸ ਕੀ ਸਿਹਤ ਰਹਿਤ ਵਿੱਚ ਚੜ੍ਹਦੀ ਕਲਾ 'ਚ ਰਹੇ। ਫਿਰ ਮੈਂ ਕਿਹੜੀ ਗੱਲ ਤੁਹਾਨੂੰ ਦੱਸਦਾ, ਉਸ ਵੇਲੇ 5 ਪਿਆਰਿਆਂ ਦੇ ਵਿੱਚ ਮਾਸਟਰ ਜੋਗਿੰਦਰ ਸਿੰਘ ਬਡੂੰਡੀ ਉਹ ਪ੍ਰਧਾਨ ਸਨ, ਅਤੇ ਮਾਸਟਰ ਗੁਰਸੇਵਕ ਸਿੰਘ ਮੁੱਲਾ ਪਰਸੇ, ਗਿਆਨੀ ਮੋਹਕ ਸਿੰਘ ਟੱਟ ਜਿਹੜੇ ਮਤਲਬ ਇੰਗਲੈਂਡ ਵਿੱਚ ਉਹ ਮਾਸਟਰ ਜੀ ਦੇ ਭਾਣਜੇ ਸੀ ਉਹ ਸੇ, ਅਤੇ ਬਾਕੀ ਹੋਰ ਸਿੰਘ ਸੇ, ਅਤੇ ਬਾਕੀ ਜਿਸ ਵੇਲੇ ਫਿਰ ਉੱਥੇ ਭਾਈ ਪੇਸ਼ ਹੋਏ ਮੈਂ ਜਾ ਕੇ, ਕਿਹਨਾਂ ਨੇ ਵੀ ਦੁਬਾਰਾ ਕਿਉਂ ਬਚਪਨ ਅੰਮ੍ਰਿਤ ਛਕਿਆ ਸੀ ਉਦੋਂ ਪਹਿਰਾ ਨਹੀਂ ਦਿੱਤਾ ਗਿਆ, ਬਹੁਤ ਗਲਤੀਆਂ ਭੁੱਲਾਂ ਹੋਈਆਂ। ਅਤੇ ਜਿਸ ਵੇਲੇ ਚੀਜ਼ ਹੋਈ ਮੇਰਾ ਨੰਬਰ ਆਇਆ ਦੂਜਿਆਂ 'ਚ, ਭਾਈ ਵੀ ਜਿਨ੍ਹਾਂ ਨੇ ਪਹਿਲਾਂ ਅੰਮ੍ਰਿਤ ਛੱਕ ਕੇ ਇੱਕ ਪਾਸੇ ਬੈਠ ਗਏ, ਜਿੱਥੇ ਜਾ ਕੇ ਮੈਂ ਫਤਿਹ ਬੁਲਾਈ, ਅਤੇ ਉਹਨਾਂ ਵਿੱਚੋਂ ਫਿਰ ਉਹਨਾਂ ਨੇ ਮੇਰੇ 'ਤੇ ਕੁਐਸਚਨ ਕੀਤਾ, ਦੱਸ ਵੀ ਕਿਹੜੀ ਕਿਹੜੀ ਭੁੱਲ ਹੋਈ ਹੈ। ਜਿਸ ਤਰ੍ਹਾਂ ਪਹਾੜ 'ਚੋਂ ਲਾਵਾ ਨਿਕਲਦਾ, ਅਤੇ ਮੇਰੇ ਅੰਦਰ ਜੋ ਕੁਝ ਸੀ ਉਹ ਦਬਾ ਦਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਵੀ ਮੈਂ ਤਾਂ ਆਹ ਵੀ ਕੀਤਾ। ਫਿਰ ਉਹਨਾਂ ਨੇ ਕਹਿੰਦੇ ਅੱਛਾ ਜੋ ਸੇਵਾ ਲੱਗੂ ਪ੍ਰਵਾਨ ਕਰੇਗਾ, ਅਤੇ ਮੈਂ ਕਿਹਾ ਜੀ ਹਾਂ ਦੋਵੇਂ ਹੱਥਾਂ ਨਾਲ। ਚਲੋ ਗੁਰੂ ਦੀ ਕਿਰਪਾ ਨਾਲ ਕਹਿੰਦੇ ਚੰਗਾ ਇੱਥੇ ਬੈਠ ਜਾ ਤੂੰ, ਤੈਨੂੰ ਅੰਮ੍ਰਿਤ ਦੀ ਦਾਤ ਮਿਲੂ। ਫਿਰ ਮੈਨੂੰ ਭਾਈ ਉਹਨਾਂ ਨੇ ਸੇਵਾ ਇੱਕ ਤਰ੍ਹਾਂ ਸਹਿਜ ਪਾਠ ਦੀ ਲਾਤੀ, ਇੱਕ ਕਮਨੀ ਕਿੰਨੇ ਦਿਨ ਵੀ ਗੁਰੂ ਘਰਾਂ ਜਾ ਕੇ ਜੋੜਿਆਂ ਦੀ ਸੇਵਾ ਕਰਨੀ ਹੈ। ਉਹ ਸੱਚੇ ਪਾਤਸ਼ਾਹ ਨੇ ਮਹੀਨੇ ਦੇ ਅੰਦਰ ਅੰਦਰ ਉਹ ਸੇਵਾ ਕਰਾਤੀ। ਫਿਰ ਤੁਹਾਨੂੰ ਮੈਂ ਗੱਲ ਇਹ ਦੱਸਦਾ, ਧਿਆਨ ਨਾਲ ਸ਼ਰਵਣ ਕਰੋ, ਅਤੇ ਜਿਸ ਵੇਲੇ 5 ਪਿਆਰਿਆਂ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਦੀ ਦਾਤ ਦਿੱਤੀ, ਅਤੇ ਮੇਰੇ ਮਨ ਅੰਦਰ ਤਾਂ ਉਸੇ ਵੇਲੇ ਫਿਰ ਇਹ ਗੱਲ ਬਣ ਗਈ, ਬਾਣੀ ਚਾਹੁੰਦਾ ਨਾ ਜਿਨ ਸ਼ਰਧਾ ਰਾਮ ਨਾਮ ਲੱਗੀ ਤਿੰਨ ਦੂਜੇ ਚੇਤਨ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰਦੀ ਜਾਂ ਬਿਨ ਆਵੇ ਆਪਣੇ ਪਾਇਆ। ਫਿਰ ਮਨ 'ਚ ਇਹ ਗੱਲ ਆ ਗਈ ਵੀ ਤੇਰੇ 'ਤੇ ਬਖਸ਼ਿਸ਼ ਹੋ ਗਈ ਹੈ, ਅਤੇ ਫਿਰ ਤਾਂ ਜਿਹੜੇ ਦੂਜੇ ਕੱਚੇ ਪਿਛਲੇ ਕਚੜਿਆਂ ਸਿੰਘ ਤੋਂ ਢੂੰਡ ਸੱਜਣ ਸੰਤ ਪੱਕਿਆਂ ਉਹ ਜੀਵਨ ਦੇ ਵਿਛੜੇ ਮੋਇਆਂ ਨੂੰ, ਫਿਰ ਦੂਜਿਆਂ ਨਾਲ ਤਾਂ ਰਿਸ਼ਤੇਦਾਰੀ ਜਿਹੜੀ ਹੈਗੀ ਢਿੱਲੀ ਪੈਗੀ, ਅਤੇ ਇੱਧਰ ਮਾਸਟਰ ਜੀ ਨਾਲ, ਅਤੇ ਫਿਰ ਭਾਈ ਉੱਥੇ ਜਦੋਂ ਬਡੂੰਦੀ ਮਾਸੀ ਜੀ ਕੋਲ ਜਾਣਾ, ਅਤੇ ਪਿੰਡ ਨਾਲ ਜ਼ਿਆਦਾ ਕਿਉਂ ਲੋਹਟ ਬੰਦੀ ਕਿਹੜਾ ਸਕੂਲ 'ਚ ਮੈਂ ਪੜ੍ਹਦਾ ਸੀ
तीन चार मील तो मेरे पिंडों से इन्ना ही बनूंदी तो सी बाला मैं उत्थे रहना बनूंदी। मास्टर जी ने रोज़ रात में उत्थे करना कीर्तन होना सिंह ने इर्द उन्हों का प्रभाव से कई परिवार गुरसिख सजे बनूंदी। जिस वेले चीज़ हुई उत्थे फिर भाई सत्कार योग सचखंड वासी भाई साहब भाई अंतरिक्षा उन्होंने पुस्तक चिट्ठिया कई पढ़ने का मौका मिलया। फिर खिच पैदा हो गई बी उन्होंने दर्शन करिए। पर गल ये बनी कहते जी वह तो कुमार हटी रेंदे ने गर्मिया च ते बाकी जदों फिर अस्सू की संग्रांद आँदी है उदों तकरीब मनाते हैं। 1947 की गल करना मैं थोड़ा असी अमृतपान करया मई 1947 दोनों ने। फिर जिस वेले चीज़ हुई मास्टर जी ने दसिया के जोगिंदर सुने कहते कुमार हटी तो भाई सामने आ गए तो उन्हीं खिच हुई। मेरे मास्टर जी का भरा बड़ा रंगा में रहा सी दया सिंह छोटा। मैं उन्होंने कहा भी उन्होंने दर्शन करने आप तेजी ना चलीए तो वह मेरे नाल तैयार हो गए कहते कोई ना भी आप अज ही चलते हैं। फिर भाई यह 1947 की थोड़ा मैं गल दसदा तो उन्होंने आके डॉक्टर बसंत सिंह की जेडे उन्हों को चढ़ाई कर गए से उन्होंने याद च अखंड पाठ आरंभ कराया। तो देखो तुम हैरानी की गल है कि मैं थोड़ा हूँ दसन लग्या असी उतों बुड़ी तो बड़ी रेस ला के भज के गए। जिस वे भाई सोने के घर ड्यूटी बढ़न लगे तो वह सत्कार योग भाई सामने उपर अखंड पाठ आरंभ है से पौड़िया उत्ते रहे से मैं उन्होंने थोड़ा जहा इशारा कराया भी ये ने फतेह बुलाई। जो फतेह बुलाई उन्होंने वह कहते सिंह बड़ी रेस लाई है। मैं हैरान हो गया भी इन्हों कि पता लग गया। तो फिर भाई वह तो ड्यूटी हेठां कमर से असी पौड़ियाँ चढ़े जाके नमस्कार करी पाठ सुन लग गए। पाठ सुनद्या ज़्यादा चिर नहीं होया होना 15-20 मिनट ही होए होंगे भाई साहब ने उपर चुबारे च आ गए। आके उन्होंने तो मेरा मोढ़ा फड़ लिया एक पासे नौवीं च बच्चा पढ़ने वाला एक पासे इन्नी सत्कार कहिंदे काका हेठां चलो लंगर च प्रसाद छको। असी आके भाई हेठां फिर प्रसाद पानी छकिया। दूजे दिन आनंदपुर कलौड वाले संत ज्वाला सिंह उन्होंने फिर इशारा करिया असी बैठे से दया सिंह मेरे मासी का भरा कहते भाई थोड़े च कोई खंड पाठी भी है? तो वह कहते भी मैं तो पाठ थोड़ा जहा कर लेना फिर आप चंकी है किड़ा है खंड पाठी है क्योंकि मैं तो 2 साल पहला लाए से पिंड। जिस वे ये चीज़ हुई तो उन्होंने मेरी कहते काका स्पीड किन्नी क महा जी घंटे से 40 पेज की हैगी। तो उन्होंने मेरी 2 तो 4 रावल लिखती उत्थे जो रावल लिखती मैं डरदा सी कहते इतने तो बीबिया सिंह कि आते हैं इन्नी उन्होंने बख्श है इन्नी बाणी जो कोई भुल करे वो नहीं दसते ने। मैं डरिया सी जिमें भी अरदास गुरु ने मन में कराई मैं भाई 2 तो 4 रावल से जो बैठा ऐसी खेड वरती गुरु की कृपा के नाल थोड़ा ही चिर होया मैनू पाठ करदे नू भाई सामी आए अपने कमरे चो चुबारे चो आके उन्होंने पाठ खड़ के सुनिया खड़ के सुन के इन्नी आशीष दे के कहिंदे भचंगी तो सब तो चंगा पाठी है सवेरे इन्हें भोग पाउणा। जदों इन्नी गल कही मैं भावें पाठ करता सी थोड़ा जिहा मेरे कन्न च भी पै गई ते उह दया सिंह ते दूजे बड़े खुश होए कहिंदे कमाल हो गई भाई सोहणिया ने तां बहुत प्रसन्नता भी इह दा पाठी बड़ा शुद्ध ते गुरु की कृपा है भी इन्हें भोग पाउणा। इह गल तुसीं जिस वेले 1947 दी है जिस वेले फिर मैं 2 तो 4 बैठिया ते रावल लाई रावल ला के दूसरे दिन भाई फिर अमृत वेले मेरी ड्यूटी हैगी सी 2 तो 4 मैं अखंड पाठ की समागम ते सज गया सज के भोग पाया भोग पा के उदों बाद फिर बीबिया ने सिंघां ने चल सो चल हुंदा उत्थे कोई रोक नहीं सकदा सी जिहड़ा कीर्तन होया वह तकरीबन 1 बजे तक होया 4:30 बजे 4:15 बजे भोग पै गया कीर्तन आरंभ हो गए। तो मैनू कीर्तन इन्ना प्यारा तो मिठा लगे तो वह संत ज्वाला सोहणिया ने आनंदपुर कलौड वाले तो उन्होंने मेरे कन्न च 2 वारी आके कहा भी काका तैं उठना है बाहर अंदर जाना है तो मैनू मेरे सामने 2 चीज़ां सियाँ एक तो कीर्तन इन्ना प्यारा मिठा लगे एक मैनू कोई हाजत नहीं हुई। तो मैं वह 2 बजे बैठा सी एक ताप मतलब है हजूरी में चापड़ ला के 1 बजे फिर मैं जो अरदास हुई उदों उठा गुरु की कृपा दे नाल 11 घंटे पहला लगातार चौंकड़ा ला के पाठ सुन दिया। मेरे सामने 2 ही गल्लां सियाँ एक कोई हालत महसूस नहीं हुई दूजे एक गल सी भी कीर्तन चो मैं गैर करना हो जा
ਅਤੇ ਉਦੋਂ ਬਾਅਦ ਭਾਈ ਭੋਗ ਪਿਆ, ਫਿਰ ਗਿਆਨੀ ਕਰਤਾਰ ਸਿੰਘ ਹੇਠਾਂ